ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਆਪਣਾ ਕਨਸੈਪਟ ਹੈਗਾ 2635 ਟਰੈਕਟਰ। 2635 ਟਰੈਕਟਰ ਮਾਰਕੀਟ 'ਚ ਕਾਫੀ ਟਰੈਕਟਰ ਹੈਗੇ ਨੇ, ਜਿਹੜੇ ਕੋਈ ਐਕਸਪੋਰਟ ਤੋਂ ਵੀ ਆਏ ਹੋਏ ਨੇ, ਕੋਈ ਕਿਤੋਂ ਆਇਆ ਵਾ, ਤਾਂ ਹਰੇਕ ਕਸਟਮਰ ਦਾ ਡਾਊਟ ਹੈ ਵੀ ਆਪਾਂ ਨੂੰ ਜਿਹੜਾ ਇੰਡੀਆ ਦੇ ਵਿੱਚ ਟਰੈਕਟਰ ਮਿਲਦਾ 2635 ਤਾਂ ਉਹ ਕਿਵੇਂ ਦਾ ਹੈਗਾ। ਅੱਜ ਅਸੀਂ ਉਸੇ ਪ੍ਰੋਜੈਕਟ ਦੇ ਹਿਸਾਬ ਨਾਲ ਇਹ ਵੀਡੀਓ ਬਣਾਈ ਹੈ, ਆਓ ਦੇਖਦੇ ਹਾਂ 2635। ਸੋ ਬੇਸਿਕਲੀ ਇਹ 2635 ਟਰੈਕਟਰ ਆਪਣਾ ਲੁੱਕ ਤੁਸੀਂ ਦੇਖ ਰਹੇ ਹੋ। ਜਿਹੜੀ ਟਾਇਰਾਂ ਦੀ ਗੱਲ ਕਰੀਏ ਤਾਂ 12-4-24 ਨਾਲ ਫਰੰਟ ਟਾਇਰ ਹੈ, ਅਤੇ 18-4-30 ਦਾ ਜਿਹੜਾ ਹੈਗਾ ਰੀਅਰ ਟਾਇਰ ਦੇ ਵਿੱਚ ਆਉਂਦਾ ਹੈਗਾ। ਫਰੰਟ 'ਤੇ 6 ਵੇਟ, ਮਤਲਬ 1.5 ਕੁਇੰਟਲ ਵੇਟ ਫਰੰਟ 'ਤੇ ਨਾਲ ਸਟੈਂਡਰਡ ਫਿਟਮੈਂਟ 'ਚ ਆ ਰਿਹਾ ਹੈਗਾ, ਅਤੇ ਪਿੱਛੇ 45-45 ਕਿਲੋ ਦੇ 2 ਵੇਟ ਇੱਕ ਸਾਈਡ 'ਤੇ। ਇਹ ਆਪਣਾ ਸਟੈਂਡਰਡ ਫਿਟਮੈਂਟ ਆਉਂਦਾ। ਬਾਕੀ ਦੇ ਇੰਜਨ ਦੀ ਗੱਲ ਕਰੀਏ ਤਾਂ ਇਹ TSJ 436 ਇੰਜਨ ਹੈ, 3600 CC ਦੇ ਨਾਲ 4 ਸਲੰਡਰ ਇੰਜਨ ਹੈਗਾ, ਟਰਬੋ ਨਾਲ ਫਿੱਟਿਡ ਹੈ। ਦੇਖਦੇ ਹਾਂ ਡਬਲ ਗੈਸ ਸਟਾਰਟ ਲੱਗੇ ਹੋਏ ਨੇ, ਵਿੱਚ ਡਰਾਈ ਏਅਰ ਫਿਲਟਰ ਹੈ। 25 ਨੰਬਰ ਦੀ ਟਰਬੋ NX25 ਨੰਬਰ ਦੀ ਟਰਬੋ ਇਹਦੇ ਨਾਲ ਆਉਂਦੀ ਹੈਗੀ ਹੈ, ਵਿਦਆਊਟ ਇੰਟਰਕੂਲਰ ਐਡਕਟਰ। ਇਹ ਡੀਜ਼ਲ ਇੰਟਰਕੂਲਰ ਲੱਗਿਆ ਵਾ, ਉਹ ਇਸ ਕੰਡੀਸ਼ਨ ਵਾਸਤੇ ਹੈ, ਕਈ ਹੋਟ ਕੰਟਰੀਜ਼ ਜਿੱਥੇ ਹੁੰਦੀਆਂ, ਜਿੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਉੱਥੇ ਦੀ ਰਿਕੁਆਇਰਮੈਂਟ ਪੈਂਦੀ ਹੈ। ਇੰਡੀਆ ਦੇ ਹਿਸਾਬ ਨਾਲ ਦੇਖਿਆ ਹੋਵੇ ਤਾਂ ਇੰਨਾ ਕੋਈ ਰਿਕੁਆਇਰਮੈਂਟ ਨਹੀਂ। ਰਾਊਂਡ ਸਲੰਸਰ ਢੋਲਕੀ ਦੇ ਅੰਦਰਲੇ ਪਾਸੇ ਹੈ, ਪੈਂਡੈਂਟ ਪੈਡਲ ਨੇ। ਟੂਲ ਕਿੱਟ ਦੀ ਗੱਲ ਕਰੀਏ ਤਾਂ ਟੂਲ ਕਿੱਟ ਦੀ ਇੱਥੇ ਆਉਂਦੀ ਹੈਗੀ ਹੈ ਇਸ ਜਗ੍ਹਾ 'ਤੇ। ਮੈਟ ਵੀ ਸਟੈਂਡਰਡ ਫਿਟਮੈਂਟ ਨੇ। ਮੈਂ ਰੀਅਰ ਵੇਟ ਦੀ ਗੱਲ ਕੀਤੀ ਸੀ, ਸਟੈਂਡਰਡ ਫਿਟਮੈਂਟ 'ਚ ਆਉਂਦੇ ਨੇ। ਸਟਾਈਲਿਸ਼ ਲਾਈਟਾਂ ਇਹਦੀਆਂ, ਸਵਿਮਿੰਗਿੰਗ ਡਰਾਵਰ ਦੀ ਗੱਲ ਕਰੀਏ ਤਾਂ ਇਹ ਵੀ ਸਟੈਂਡਰਡ ਫਿਟਮੈਂਟ ਨਾਲ ਮਿਲਦੀ ਹੈਗੀ ਹੈ। ਇਹ ਜ਼ਿਆਦਾਤਰ ਹੈਰੋ ਵਗੈਰਾ ਵਾਸਤੇ ਹੈ, ਹੈਰੋ ਪਾਉਣ ਵਾਸਤੇ, ਖਿੱਚਵੀਂ ਜਿਹੜੀ ਹੈਰੋ ਹੁੰਦੀ ਹੈ ਉਹਦੇ ਵਾਸਤੇ। ਅਤੇ ROPS ਸਿਸਟਮ ਇਹ ਵੀ ਸਟੈਂਡਰਡ ਫਿਟਮੈਂਟ ਟਰੈਕਟਰ ਦੇ ਨਾਲ ਆਉਂਦਾ ਹੈਗਾ। ਅਤੇ ਲਿਫਟ ਰੋਡ ਦੇਖਿਆ ਜਾਵੇ ਤਾਂ ਦੋਨੇ ਪਾਸੇ ਐਡਜਸਟੇਬਲ ਨੇ, ਅਤੇ ਚੇਨ ਸਟੈਬਲਰ ਕਿੱਟ ਵੀ ਬਹੁਤ ਵਧੀਆ, ਚੇਨ ਸਟੈਬਲਰ ਕਿੱਟ ਦਿੱਤੀ ਵੀ ਹੈ। ਟੋਪਲਿੰਗ ਦੀ ਪੋਜੀਸ਼ਨ ਵੀ 3 ਪੋਜੀਸ਼ਨ ਨੇ, ਜਿਵੇਂ ਦੇ ਹਿਸਾਬ ਨਾਲ ਆਪਾਂ ਐਡਜਸਟ ਕਰ ਸਕਦੇ ਹਾਂ। ਅਤੇ ਡਬਲ ਡਿਸਟ੍ਰੀਬਿਊਟਰ 'ਚ ਦੇ ਰੱਖਿਆ, ਜਿੱਦਾਂ ਫਰੰਟ ਐਂਡ ਲੋਡਰ ਵੀ ਲਾਉਣਾ ਹੋਵੇ, ਬੈਗ 'ਤੇ ਵੀ ਕੰਮ ਕਰਨਾ ਹੋਵੇ, ਉਸ ਹਿਸਾਬ ਨਾਲ ਜੇ 2 ਆਪਣਾ ਹਾਈਡ੍ਰੋਲਿਕ ਐਕਸਟਰਨਲ ਐਪਲੀਕੇਸ਼ਨ ਲੈਣੀ ਹੈ, ਉਹ ਆਪਾਂ ਇਸ ਤੋਂ ਲੈ ਸਕਦੇ ਹਾਂ। ਸਿੰਗਲ ਐਕਟਿੰਗ ਡਬਲ ਐਕਟਿੰਗ ਕਰਨ ਵਾਸਤੇ ਥੱਲੇ ਨੀਚੇ ਲੱਗਿਆ ਵਾ ਇਹ ਨਟ, ਇਹਨੂੰ ਢਿੱਲਾ ਕਰ ਦਾਂਗੇ ਤਾਂ ਇਹ ਸਿੰਗਲ ਐਕਟਿੰਗ ਹੋ ਜਾਏਗਾ, ਇੱਥੇ ਆਪਾਂ ਇਹਨੂੰ ਡਬਲ ਐਕਟਿੰਗ ਬਣਾ ਸਕਦੇ ਹਾਂ। ਆਹ ਫੋਟੋ ਦਿੱਤੀ ਵੀ ਹੈ ਜਿਹਦੇ ਨਾਲ ਆਪਾਂ ਨੂੰ ਆਈਡੀਆ ਲੱਗ ਜੂਗਾ ਵੀ ਕਿਸ ਪੋਜੀਸ਼ਨ 'ਤੇ ਸਿੰਗਲ ਐਕਟਿੰਗ ਹੋਣਾ, ਡਬਲ ਐਕਟਿੰਗ ਹੋਣਾ। ਡਿਨ ਸੀਰੀਜ਼ ਦੀ ਬੈਟਰੀ ਹੈਗੀ ਹੈ ਇਹ 'ਚ, ਡਿਨ 100 ਰਿਕਵਰੀ ਬੋਟਲ, ਪਾਣੀ ਦਾ ਲੈਵਲ ਆਪਾਂ ਜਿਹੜਾ ਸੈਂਟਰ ਵਾਲੇ ਪੋਜੀਸ਼ਨ 'ਤੇ ਰੱਖਣਾ। ਇੰਜਨ ਵਾਲੀ ਸਭ ਦੀ ਗੱਲ ਕਰੀਏ ਤਾਂ ਇਹਦੀ ਕਪੈਸਿਟੀ 8.5 ਲੀਟਰ ਦੀ ਹੈ, ਡੀਜ਼ਲ ਟੈਂਕ ਦੀ ਗੱਲ ਕਰੀਏ ਤਾਂ 85 ਲੀਟਰ ਦੀ ਕਪੈਸਿਟੀ ਹੈਗੀ ਹੈ ਇਹਦੀ। ਅਤੇ ਪਿੱਛੇ ਹਾਈਡ੍ਰੋਲਿਕ ਦੀ ਗੱਲ ਕਰੀਏ ਤਾਂ 49 ਲੀਟਰ ਜਿਹੜਾ ਇਹ 'ਚ ਹਾਈਡ੍ਰੋਲਿਕ ਆਇਲ ਪੈਂਦਾ। ਉਹ ਹੁਣ ਪਚੜ ਕੇ ਦੇਖ, ਇਹਦਾ ਇੰਸਟਰੂਮੈਂਟ ਕਲੱਸਟਰ ਹੈ। ਇੰਸਟਰੂਮੈਂਟ ਕਲੱਸਟਰ ਦੇ ਵਿੱਚ ਗੇਜਿਸ ਤਾਂ ਦੇਖੋਗੇ ਤੁਸੀਂ ਅਲੱਗ ਅਲੱਗ ਜਗ੍ਹਾ 'ਤੇ 540 ਦੀ ਇੰਡੀਕੇਸ਼ਨ ਆ ਰਹੀ ਹੈ, ਕਿਉਂਕਿ ਇਹ ਹਰੇਕ ਕੰਟਰੀ 'ਚ ਅਲੱਗ ਡਿਮਾਂਡ ਹੁੰਦੀ ਹੈ। ਬਟ ਆਪਣੀ ਇੰਡੀਆ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜੀ ਲੋਡ ਹੁੰਦੀ ਹੈ 1800-540 ਹੁੰਦੀ ਹੈ। ਸੋ ਆਹ ਯੈਲੋ ਮਾਰਕਿੰਗ ਜਿਹੜੀ ਦਿਖ ਰਹੀ ਹੈ ਆਪਾਂ ਨੂੰ, ਇੱਥੇ 540 ਪੂਰਾ ਕਰੇਗਾ ਜਿਹੜਾ ਕਿ 1800 RPM 'ਤੇ ਹੈ। ਕਲੱਚ ਦੀ ਗੱਲ ਕਰੀਏ, ਤਾਂ ਕਲੱਚ ਦੇ ਵਿੱਚ ਡਬਲ ਕਲੱਚ ਟਰੈਕਟਰ ਹੈਗਾ ਇਹ, ਸਪਲਿਟ ਟੋਰਕ ਕਲੱਚ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਕਲੱਚ ਹੈ। ਇਹ ਕਲੱਚ ਦੱਬਾਂਗੇ ਤਾਂ ਟਰੈਕਟਰ ਦੀ ਲਿਫਟ ਅਤੇ PTO 'ਤੇ ਕੋਈ ਫਰਕ ਨਹੀਂ ਪਏਗਾ। PTO ਵਾਸਤੇ ਲੱਗਦੇ ਇੰਡੀਪੈਂਡੈਂਟ PTO ਦੇ ਰੱਖੀ ਹੈ ਇਹਨੂੰ, IPTO ਵੀ ਜਿਹਨੂੰ ਆਪਾਂ ਕਹਿੰਦੇ ਹੈਗੇ ਹਾਂ, ਤਾਂ ਇਸ ਨੂੰ ਜਦੋਂ ਅਸੀਂ ਅੱਗੇ ਕਰ ਦੋਗੇ ਇੱਥੇ ਆਪਣਾ PTO ਔਨ ਹੋ ਜੂਗੀ ਸਲੋ ਸਪੀਡ ਕਰਕੇ, ਅਤੇ ਫਿਰ ਆਪਾਂ ਇੱਥੇ ਉਹਨੂੰ ਔਨ ਕਰਨਾ। ਅਤੇ ਇਹਦੇ ਵਿੱਚ ਤੁਸੀਂ ਗੱਲ ਕਰੀਏ ਤਾਂ 7 ਪਲੇਟਾਂ ਲੱਗੀਆਂ ਹੁੰਦੀਆਂ ਜਿਹੜੀ ਹਾਈਡ੍ਰੋਲਿਕ ਨਾਲ ਓਪਰੇਟਡ ਹੁੰਦੀਆਂ ਹੈਗੀਆਂ, ਅਤੇ ਉਸ ਹਿਸਾਬ ਨਾਲ ਆਪਣਾ PTO ਅੰਗੇਜ ਹੁੰਦਾ ਹੈਗਾ, IPTO ਲੀਵਰ ਇਹਨੂੰ ਆਪਾਂ ਕਹਿੰਦੇ ਹਾਂ। ਇਹ ਜਿਹੜਾ ਲੀਵਰ ਤੁਸੀਂ ਦੇਖ ਰਹੇ ਹੋ ਇਹ ਹੈਗਾ ਆਪਣਾ 4-wheel ਡਰਾਈਵ ਅੰਗੇਜ ਕਰਨ ਵਾਸਤੇ, ਜਦੋਂ ਟਰੈਕਟਰ ਨੂੰ 4-wheel 'ਚ ਕਰਨਾ ਹੈਗਾ ਉਦੋਂ ਇਹ ਗੇਅਰ ਆਪਾਂ ਅੰਗੇਜ ਕਰ ਦੇਣਾ, ਜਦੋਂ ਆਪਾਂ ਰੋਡ 'ਤੇ ਚੱਲਣਾ ਹੈਗਾ ਉਸ ਸਮੇਂ ਇਹ ਗੇਅਰ ਡਿਸਅੰਗੇਜ ਰੱਖਣਾ, ਨਿਊਟਰਲ ਰੱਖਣਾ। ਇਹ ਆਪਣੀ ਹੈਂਡ ਬ੍ਰੇਕ ਆ ਗਈ। ਬ੍ਰੇਕ ਪੈਡਲ ਗੱਲ ਕਰੀਏ, ਬ੍ਰੇਕ ਪੈਡਲ ਕਲੱਚ ਪੈਡਲ ਦੋਨੋਂ ਪੈਂਡੈਂਟ ਪੈਡਲ ਹੈਗੇ ਨੇ। ਗੇਅਰ ਬੋਕਸ ਦੇਖੋ ਰਿਹਾ ਧਿਆਨ ਨਾਲ, ਉੱਪਰ ਲਿਆਓ ਇੱਥੋਂ ਲਿਆਓ, ਇਹ ਗੇਅਰ ਬੋਕਸ ਹੈ। 12+4 ਗੇਅਰ ਬੋਕਸ ਹੈ, ਇੱਕ ਹਾਈ ਲੋ ਗੇਅਰ ਇਹਦਾ ਏਅਰ ਆ, ਇੱਕ ਹਾਈ ਲੋ ਗੇਅਰ ਇਹਦਾ ਏਅਰ ਆ, ਅਤੇ ਮੇਨ ਗੇਅਰ ਦੇ ਵਿੱਚ ਕਹੋ ਤਾਂ 1, 2, 3 ਅਤੇ ਰਿਵਰਸ ਇਹ ਗੇਅਰ ਨੇ। ਸੋ ਇਸ ਹਿਸਾਬ ਨਾਲ ਆਪਾਂ ਕਹੀਏ 12+4 ਦੀ ਸਪੀਡ ਆਪਣੀ ਗੇਅਰ ਤੋਂ ਮਿਲਦੀ ਹੈ। 3 ਗੇਅਰ ਫਰੰਟ ਦੇ ਇਹ ਹੋ ਗਏ, 3
दो ते दो मतलब चार, चार तीए 12, 12 गियर फ्रंट दे, आ रिवर्स दा एक गियर इधरों आ गया ते एक दो तीन चार, चार पोजिशन इतों आ गई हैं। सो यदा गियर पैटर्न सी 12+4 गियर बॉक्स। जो आप स्पीड की गल करिए 1.96 तो 33.6 तक की जी स्पीड हैगी है वह अपन इस गेयरबॉक्स तो मिलती है फोर व्हील ड्राइव मॉडल। जो आप यही गल करिए टू व्हील मॉडल के फोर व्हील गल करिए अपने 12+4 का गेयरबॉक्स से यही वेरियंट में जो आप टू व्हील गल करा तो उस अपने गेयर की स्पीड ज़्यादा है, उस 18+4 का गेयरबॉक्स है। उस की दिता वा आप जिमें फोर व्हील का गेयर लग्या है उमें एक गेयर लग्या वा जिद के जिन्हों पर क्रिपर गेयर कहने हैं तो फिर अपने लो गेयर के स्पीडा इनक्रीज हो जाएगी। कल लो की गल करिए तीन एक लो चे तीन एक लो च 6 स्पीडा से तो 12+6 18 स्पीडा सीधिया तो 4 बैक साइड दियाँ। सो यह टू व्हील ड्राइव के कवर होएगा। हाइड्रोलिक की गल करिए हाइड्रोलिक मार्क 3 लिफ्ट हैगी है 18 लीटर का डिस्चार्ज है हाइड्रोलिक का तो ये बारे आप प्रोपर वीडियो जी है पहला बना रखी है तो असं अपना साढ़े चैनल दे जाके देख सकते हो तो वो प्रोपर वीडियो हाइड्रोलिक रिलेटिड हैगी है वो आप बना रखी है। तो फुट थ्रोटल का पैडल आ दे रखे तो आ अपना डिफरेंशियल लॉक लगे वा इतने डीजल फिल्टर की गल करिए एक हा मोटर लगी हुई है जिन्हों का फीड पंप भी कहने हैं। फीड पंप की सेफ्टी लिए एक अडिशनल फिल्टर ला रखे ये फिल्टर के साफ हो गए तेल पहला मोटर में जाऊ ताकि मोटर की सेफ्टी रहे उस तो बाद फिर अडिशनली दो फिल्टर ने जोड़े इंजन वास्ते तेल जाने साफ करेंगे डीजल जाने साफ करेंगे। सो फोर व्हील ड्राइव शाफ्ट की गल करिए भी ये डिजाइन बहुत वधिया है। कंपीटिशन की होंगे कि जी फोर व्हील वाली शाफ्ट होंगी है वह शाफ्ट जी है संभ के थले होंगी है जिद के अपना जी ग्राउंड क्लीयरेंस है वह घट जाती है। पर मैसी डिजाइन की गल करिए सेंटर की बजाय थोड़ी ऑफसैट होंगी है तो उस संप के बराबर आ जाती है। इस दे नाल की है कि जी ग्राउंड क्लीयरेंस है वो बाकी फोर व्हील ट्रैक्टर नालों वध रही है जो असं देख रहे हैं वीडियो दे विच भी। सीट की गल करिए सीट भी एडजस्टेबल है फ्रंट रीयर दोनों पासों एडजस्ट हैगी है तो नाल सीट बैल्ट भी सेफ्टी वास्ते दे रखी हैगी है एक सेफ्टी फीचर दे रखा है तो आ ट्रांसपोर्ट लॉक वाल ये भी स्टैंडर्ड फिटमेंट आ रहा है। सो बेसिकली यह अपना 26-35 का रिव्यू तो जे कोई चीज़ आपको ये डाउट हो कमेंट सैक्शन से जाके कमेंट कर सकते हो।